इम्प्रूवमेंट ट्रस्ट के नए चेयरमैन धमनदीप सिंह उप्पल द्वारा आज अपना कार्यकाल संभाला गया। वहीं इम्प्रूवमेंट ट्रस्ट दफ्तर के अंदर एक प्रोग्राम रखा गया, जिसमें मुख्य मेहमान के तौर पर एमएलए सुनील दत्ती, ममता दत्ता, अलग अलग वार्डों के काउंसलर साहिबान पहुंचे। बात करते हुए धमनदीप सिंह उप्पल द्वारा कहा गया कि उन्होंने 3 बार काउंसलर की इलेक्शन जीती है और श्री गुरु रामदास की उन पर अपार कृपा और उनके द्वारा आम जनता की लगातार सेवा की गई है, जिसके चलते उनको यह ओहदा दिया गया है। इसी दौरान उन्होंने सरदार नवजोत सिंह सिद्धू, मुख्यमंत्री चरणजीत सिंह चन्नी और हाई कमान का धन्यवाद किया। उनके द्वारा कहा गया कि जो लोग इम्प्रूवमेंट दफ्तर में आने से डरते थे कि हमारा काम होगा या नहीं, सिर्फ वही लोग मेरे दफ्तर में आए, उनका काम पहल के आधार पर किया जाएगा। अमृतसर से विशाल शर्मा की रिपोर्ट, लाइव भारत। भोले शंकर दा मां माई दा बहुत बहुत धन्यवाद। साडे सरदार योग मुख्य मंत्री सरदार चरणजीत सिंह चन्नी जी दा बहुत बहुत धन्यवाद। सरदार नवजोत सिंह सिद्धू जी साडे पंजाब प्रधान, बहुत बहुत धन्यवाद उन्हां दा। मैडम नवजोत कौर सिद्धू जी, साडे डिप्टी सीएम ओपी सोनी जी, साडे डिप्टी सीएम सरदार रंधावा साहब, एमएलए डॉक्टर राजकुमार जी, एमएलए बुलारिया साहब, एमएलए श्री सुनील दत्ती जी, डैनी बंडाला जी, राजा वड़ेंग कुलदीप जीरा, साढ़े मानयोग जनरल सैकटरी ढींगरा साहब, प्रगट सिंह जी, मेरे ईस्ट के सारे ही कौंसलर, मेरे अंबरसर के सारे कौंसलर, मेयर साहब, सारे का बहुत बहुत धन्यवाद। कांग्रेस हाई कमांड भर के समुद्र चो अग ते पाउंदी सी, ते किसी ने पूछा भी चिड़ी नू भी तेरी इस चुंझ ने अग बुझूगी तेरा की फायदा, तो चिड़ी ने यह गल कही सी कि मेरी एक चुंझ पानी की भर के लिया अग बुझे ना बुझे, पर कल नू जदों इतिहास लिखा जाऊगा मेरा नाम अग बुझाउण वालियां च आऊगा, अग लाउण वालियां च आऊगा। जिहड़े इस तों पहलां सी ओह अग लाउण वाले नहीं नहीं नहीं, जिहड़े तुसीं 2 महीने कहे आ ना, ओह इह 2 महीनां च मैं इक चिड़ी दे तौर ते जिन्नियां बूंदां पा सकिया ना ਉਹ ਗੁਰੂ ਨਗਰੀ ਦੇ ਹੱਕ ਚ ਪਾਉਂਗਾ। ਜਿਹੜਾ ਨੇ ਪਹਿਲਾਂ ਕੰਮ ਕੀਤਾ ਉਹ ਸਾਡੇ ਭਰਾ ਸੀ, ਉਹਨਾਂ ਵੀ ਗੁਰੂ ਨਗਰੀ ਲਈ ਕੰਮ ਕੀਤਾ। ਗੁਰੂ ਰਾਮਦਾਸ ਦੀ ਨਗਰੀ ਨਾਲ ਕੋਈ ਧਰੋ ਨਹੀਂ ਕਮਾ ਸਕਦਾ, ਜਿੰਨਿਆਂ ਨੇ ਮੇਰੇ ਤੋਂ ਪਹਿਲਾਂ ਵੀ ਜਿੰਨੇ ਰਹੇ ਨੇ ਸਾਰਿਆਂ ਗੁਰੂ ਨਗਰੀ ਲਈ ਕੰਮ ਕੀਤਾ, ਕੋਈ ਵੀ ਗੁਰੂ ਨਗਰੀ ਨੂੰ ਪੇਠ ਨਹੀਂ ਵਿਖਾਉਂਦਾ। ਸੋ ਗੁਰੂ ਨਗਰੀ ਨੇ ਮੈਨੂੰ, ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਆਇਆ, ਡਲੇਰੀ ਤੋਂ, ਬਾਰਡਰ 'ਤੇ ਸਾਡਾ ਪਿੰਡ ਆ, 3 ਵਾਰ ਮੈਨੂੰ ਮੇਰੀ ਵਾਰਡ ਤੋਂ ਮੇਰੇ ਲੋਕਾਂ ਕੌਂਸਲਰ ਬਣਾਇਆ, ਔਰ ਬਿਨਾਂ ਪਹਿਲੀ ਵਾਰ ਸਿਰਫ ਕੰਪੇਨ ਕੀਤੀ, ਉਸ ਤੋਂ ਬਾਅਦ ਕਦੀ ਕੰਪੇਨ ਕਰਨ ਦੀ ਲੋੜ ਵੀ ਨਹੀਂ ਪਈ। ਮੇਰੀ ਵਾਰਡ ਦੇ ਲੋਕਾਂ ਨੇ ਮੈਨੂੰ ਬਿਨਾਂ ਕੰਪੇਨ ਕਰਨ ਤੋਂ ਕੌਂਸਲਰ ਬਣਾਇਆ। ਮੇਰੀ ਵਾਰਡ ਦੇ ਲੋਕ ਰੱਬ ਦਾ ਰੂਪ ਨੇ। ਮੇਰੀ ਗੁਰੂ ਨਗਰੀ, ਇਹ ਗੁਰੂ ਨਗਰੀ ਮੇਰੇ ਸਿਰ ਦਾ ਤਾਜ। ਇਸ ਗੁਰੂ ਨਗਰੀ ਨੇ ਇੱਕ ਨਿਮਾਣੇ ਜਿਹੇ ਬੰਦੇ ਨੂੰ, ਮੇਰੇ ਫਾਦਰ ਸਾਹਿਬ ਜਦੋਂ ਅੰਮ੍ਰਿਤਸਰ ਆਏ ਸੀ ਤਾਂ 10-12 ਮੱਝਾਂ ਸੀ ਸਾਡੇ ਕੋਲ, ਅਸੀਂ ਉਹ ਲੈ ਕੇ ਮੇਰੇ ਫਾਦਰ ਸਾਹਿਬ ਆਏ ਸੀ ਅਤੇ ਦਿਨੇ 3 ਵਜੇ ਉੱਠਦੇ ਸੀ ਅਤੇ ਉੱਠ ਕੇ ਉਹ ਦੁੱਧ ਚੋਣ ਜਾਂਦੇ ਸੀ। ਮੇਰੇ ਫਾਦਰ ਸਾਹਿਬ ਨੇ ਇੰਨੀ ਮਿਹਨਤ ਕੀਤੀ, ਹੱਕ ਹਲਾਲ ਦੀ ਰੋਟੀ ਸਾਨੂੰ ਖਵਾਈ, ਅਤੇ ਅੱਜ ਗੁਰੂ ਰਾਮਦਾਸ ਦੀ ਨਗਰੀ ਨੇ ਸਾਨੂੰ ਇੰਨਾ ਜ਼ਿਆਦਾ ਮਾਣ ਦਿੱਤਾ ਆ, ਮੈਂ ਦੱਸ ਨਹੀਂ ਸਕਦਾ। ਮੇਰੀ ਇੰਨੀ ਚਲੋ, ਜਿਹੜੇ ਉਦੋਂ ਭਰਾ ਬਣੇ ਉਹ ਵੀ ਸਾਡੇ ਹੀ ਸੀ, ਕੋਈ ਗੱਲ ਨਹੀਂ, ਜਿਹੜੇ ਉਹ ਵੀ ਬਣੇ ਉਹ ਵੀ ਆਪਣੇ ਭਰਾ ਆ, ਗੱਲ ਆ ਜਦੋਂ ਮਿਲ ਗਿਆ ਉਦੋਂ ਹੀ ਸਹੀ। ਪਰ ਵੇਖੋ ਇੱਕ ਗੱਲ ਹੋਰ ਦੱਸਦਾ, ਬੜਿਆਂ ਨੂੰ ਲੱਗਦਾ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨ ਦੀ ਬੜੀਆਂ ਮੌਜਾਂ, ਪਰ ਮੈਨੂੰ ਇਹ ਕੰਡਿਆਂ ਦਾ ਤਾਜ ਮਹਿਸੂਸ ਹੁੰਦੀ ਆ, ਕਿਉਂਕਿ ਮੈਂ ਨੇਕ ਨੀਤ ਨਾਲ ਕੰਮ ਕਰਨਾ, ਇਮਾਨਦਾਰੀ ਨਾਲ ਕੰਮ ਕਰਨਾ ਆ, ਅਤੇ ਜਦੋਂ ਇਮਾਨਦਾਰੀ ਨਾਲ ਕੰਮ ਕਰੋ ਤੁਹਾਨੂੰ ਬੜੀਆਂ ਅੜਚਣਾਂ ਦਾ ਸਾਹਮਣਾ ਕਰਨਾ ਪੈਂਦਾ, ਉਦੋਂ ਸਾਰੇ ਹੀ ਤੁਹਾਡੇ ਦੁਸ਼ਮਣ ਬਣ ਜਾਂਦੇ ਆ। ਰਾਜਨੀਤੀ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਮੈਂ ਦਾਅਵੇ ਨਾਲ ਕਹਿੰਦਾ ਵੀ ਪੋਲੀਟੀਕਲ ਬੰਦੇ ਦੇ ਉਹਦੇ ਘਰ ਦੇ ਵੀ ਵਿਸ਼ਵਾਸ ਨਹੀਂ ਕਰਦੇ, ਪਰ ਮੈਂ ਉਹ ਵਿਸ਼ਵਾਸ ਬਹਾਲ ਕਰੂੰਗਾ, ਕਿਉਂਕਿ ਮੈਂ 15 ਸਾਲ ਤੋਂ ਕੌਂਸਲਰ ਹਾਂ ਅਤੇ ਮੇਰੇ ਵਾਰਡ ਦੇ ਲੋਕ ਮੇਰੇ 'ਤੇ ਜੇ ਵਿਸ਼ਵਾਸ ਕਰਦੇ ਆ ਨਾ, ਤਾਂ ਮੈਂ ਉਸੇ ਲੈ ਦੇ ਨਾਲ ਗੁਰੂ ਨਗਰੀ 'ਚ ਕੰਮ ਕਰੂੰਗਾ ਕਿ ਗੁਰੂ ਨਗਰੀ ਦੇ ਲੋਕ ਵੀ ਦਮਨ 'ਤੇ ਵਿਸ਼ਵਾਸ ਕਰਨ, ਲੀਡਰਾਂ 'ਤੇ ਵਿਸ਼ਵਾਸ ਕਰਨ। ਔਰ ਸਾਡੀ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਵਾਰ ਰਿਪੀਟ ਕਰੂਗੀ, ਮੈਂ ਦਾਅਵੇ ਨਾਲ ਕਹਿੰਦਾ ਸਾਡੀ ਸਰਕਾਰ ਦੁਬਾਰਾ ਆਊਗੀ। ਮੈਂ ਗੁਰੂ ਨਗਰੀ ਲਈ, ਇਹ ਜੇ ਮੇਰੇ ਹੱਥ ਤੋਂ ਜਿਹੜੀ ਕਲਮ ਚੱਲੂਗੀ ਨਾ, ਗੁਰੂ ਨਗਰੀ ਦੇ ਭਲੇ ਲਈ ਚੱਲੂਗੀ। ਮੈਂ ਗੁਰੂ ਨਗਰੀ 'ਚ ਕਿੱਟ ਵੀ ਲਾ ਸਕਿਆ ਅਤੇ ਆਪਣੇ ਆਪ ਨੂੰ ਭਾਗਾ ਵਾਲਾ ਸਮਝੂਗਾ। ਜਿੱਦਣ ਮੈਨੂੰ ਲੱਗਾ ਕਿ ਮੇਰਾ ਜ਼ਮੀਰ ਮਰ ਗਿਆ, ਮੈਂ ਉਹਦਾ ਛੱਡ ਕੇ ਚੱਲ ਜੂੰਗਾ। ਮੈਂ ਜਿੰਨਾ ਚਿਰ ਵੀ ਕੰਮ ਕਰੂੰ ਆਪਣੇ ਜ਼ਮੀਰ ਦੀ ਆਵਾਜ਼ ਨਾ ਕਰੂੰਗਾ ਔਰ ਇਮਾਨਦਾਰੀ ਨਾਲ ਕੰਮ ਕਰੂੰਗਾ। ਔਰ ਸਾਰਿਆਂ ਨੂੰ ਇਹ ਕਹਿੰਦਾ ਮੇਰਾ ਸਾਥ ਦਿਓ, ਗੁਰੂ ਨਗਰੀ ਦੇ ਭਲੇ ਲਈ ਜੋ ਕਰ ਸਕਦੇ ਹਾਂ ਆਪਾਂ ਕਰੀਏ।